श्लोक उतार है जो अंतर्नाम सर्व में पिख है भगवान निमख निमख ठाकुर नमस्कार है नानक ओ अपरस सगल निस्तार है अष्टपदी मिथ्या नाही रसना परस मन में प्रीत निरंजन दर्श पारत्रय रूप न पिख नेत्र साध की टहल संत संग हेत कर्ण सुने काहू की निंदा सब ते जाने आपस को मंदा गुर प्रसाद बिखया पर हरे मन की भासना मन ते टरे इंद्री जित पंच दोख ते रहत नानक कोट मधे को ऐसा अपरस वैष्णो सो जिस ऊपर सुप्रसन्न विष्णु की माया ते होए पिन्न कर्म कर्त होवे ने कर्म इस वैष्णो का निर्मल धर्म काहू फल की इच्छा नहीं बांछे केवल भगत कीर्तन तुंग राचे मंतन अंतर सिमरन गोपाल सब ऊपर होवत कृपाल आप दृढ़ अवरा नाम जपावे नानक ओ वैष्णो परम गत पावे भगवती भगवंत भगत का रंग सगल त्यागे दुष्ट का संग मन ते भिनसे सगला भर्म कर पूजे सगल पार ब्रह्म साध संग पापा मल खोवे तिस भगवती की मत उत्तम होवे भगवंत की टहल करे नित नीत मंतन अर्पे विष्णु परीत हर के चरण हृदय बसावे नानक ऐसा भगवती भगवंत को पावे सो पंडित जो मन पर बोध है राम नाम आत्म में शोध है राम नाम सार रस पीवे उस पंडित के उपदेश जग जीवे हर की कथा हृदय बसावे सो पंडित फिर जो न आवे वेद पुराण सिमृत बूझे मूल सुख में जाने अस्थूल चौं वर्णा को दे उपदेश नानक उस पंडित को सदा आदेश वाहिगुरु जी का खालसा वाहिगुरु जी की फतेह। गुरु सवारी सत्संग जीओ आप संगत अते दास अपने आप नूं बहुत भागशाली समझते हैं जिन्हां ते गुरु की कृपा द्वारा गुरबाणी की ये विचार चढ़दी कला टाइम टीवी के उद्यम नाल घर घर बैठे सुन समझण की दात मिली है क्योंकि बाणी का पाठ तो बहुत हो रहा है पर बाणी दी विचार कीते तो बिना बाणी दी विशेषता दा महत्ता दा पता नहीं लग सकता इसलिए गुरु पातशाह ने आप बचन कीते बाणी बिरलो विचार सी जे को गुरमुख होए ए बाणी महापुरख के निज करवासा होए
ਭਗਤ ਕਬੀਰ ਜੀ ਨੇ ਵੀ ਫਰਮਾਇਆ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਸੱਚਮੁੱਚ ਗੁਰੂ ਮਹਾਰਾਜ ਨੇ ਉਹ ਸਾਰੇ ਭਰਮ ਭੁਲੇਖੇ ਅਤੇ ਸ਼ੰਕੇ ਨਿਵਰਤ ਕਰ ਦਿੱਤੇ, ਕਿਉਂਕਿ ਜਿਨ੍ਹਾਂ ਅੱਖਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਚਾਹੇ ਉਹ ਅਪਰਸ ਹੈ, ਚਾਹੇ ਉਹ ਵੈਸ਼ਨੋ ਹੈ, ਚਾਹੇ ਉਹ ਭਗਵਤੀ ਹੈ ਅਤੇ ਚਾਹੇ ਪੰਡਿਤ ਹੈ, ਇਹਨਾਂ ਅੱਖਰਾਂ ਦੀ ਵਰਤੋਂ ਆਮ ਤੌਰ 'ਤੇ ਧਰਮ ਦੇ ਸਮਾਜ ਅੰਦਰ ਕੀਤੀ ਜਾਂਦੀ, ਪਰ ਇਹਦੇ ਅਰਥਾਂ ਨੂੰ ਸਮਝਣਾ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਸਮਝਾ ਸਕਦਾ। ਜਿਹੜੇ ਆਪਣੇ ਆਪ ਨਾਮ ਨਾਲ ਅਪਰਸ ਲਾਈ ਫਿਰਦੇ ਨੇ, ਵੈਸ਼ਨੋ ਕਹਾਉਂਦੇ ਨੇ, ਭਗਵਤੀ ਕਹਾਉਂਦੇ ਨੇ, ਪੰਡਿਤ ਕਹਾਉਂਦੇ ਨੇ, ਮੈਂ ਤਾਂ ਦੇਖਿਆ ਕਿ ਉਹਨਾਂ ਨੂੰ ਵੀ ਇਹਨਾਂ ਦੇ ਅਰਥਾਂ ਦਾ ਪਤਾ ਨਹੀਂ, ਕਿਉਂਕਿ ਨਾਮ ਕੁਝ ਹੋਰ ਹੈ ਅਤੇ ਕਰਮ ਕੁਝ ਹੋਰ ਨੇ। ਪਰ ਕੁਰਬਾਨ ਜਾਈਏ ਧੰਨ ਗੁਰੂ ਅਰਜਨ ਦੇਵ ਜੀ ਤੋਂ, ਜਿਨ੍ਹਾਂ ਨੇ ਇੱਕ ਇੱਕ ਅੱਖਰ ਨੂੰ ਆਧਾਰਿਤ ਕਰਕੇ ਇਤਨੀ ਸੁੰਦਰ ਵਿਆਖਿਆ ਕੀਤੀ ਔਰ ਐਨ ਸਾਰੇ ਭਰਮ ਦੂਰ ਕਰ ਦਿੱਤੇ। ਆਓ ਵਿਚਾਰ ਕਰੀਏ, ਸਲੋਕ ਉਰਧਾਰੈ ਜੋ ਅੰਤਰ ਨਾਮ। ਉਰਦੇ ਰਾਰੇ ਨੂੰ ਸਿਹਰੀ ਹੈ, ਉਰਦਾ ਅਖਰੀ ਅਰਥ ਹੈ ਹਿਰਦਾ। ਸਿਹਰੀ ਲੱਗਣ ਨਾਲ ਕੀ ਹੋਇਆ? ਹਿਰਦੇ ਵਿੱਚ ਧਾਰੈ, ਧਾਰਨ ਕਰਨਾ, ਵਸਾ ਲੈਣਾ। ਜੋ ਅੰਤਰ ਨਾਮ, ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਲੈਂਦਾ। ਔਰ ਸਰਵ ਮੈਂ ਭੇਖੈ ਭਗਵਾਨ, ਸਰਵ ਮੈਂ ਸਾਰਿਆਂ ਦੇ ਅੰਦਰ ਉਸ ਵਿਆਪਕ ਪਰਮਾਤਮਾ ਨੂੰ ਦੇਖਣਾ ਕਰੇ। ਜੋ ਪਰਮਾਤਮਾ ਸਾਰਿਆਂ ਵਿੱਚ ਵਿਆਪਕ ਹੈ ਉਹਨੂੰ ਦੇਖਣਾ ਕਰੇ, ਸਿਰਫ ਕਹਿਣਾ ਨਾ ਕਰੇ। ਅਸੀਂ ਕਹਿੰਦੇ ਹਾਂ ਕਿ ਰੱਬ ਸਾਰਿਆਂ ਵਿੱਚ ਹੈ, ਪਰ ਜਦੋਂ ਵਿਹਾਰ ਦੀ ਗੱਲ ਆਉਂਦੀ ਹੈ ਉਹ ਗੱਲ ਭੁੱਲ ਜਾਂਦੀ। ਤਾਂ ਗੁਰਦੇਵ ਨੇ ਫਰਮਾਇਆ, ਉਰਧਾਰ ਹੈ ਜੋ ਅੰਤਰ ਨਾਮ, ਸਰਵ ਮੈਂ ਵੇਖੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ ਹੈ। ਨਿਮਕ ਸਮਾਂ ਅੱਖ ਫਰਕਣ ਨੂੰ ਕਹਿੰਦੇ ਨੇ, ਭਾਵ ਹਰ ਸਮੇਂ ਸਭ ਦੇ ਅੰਦਰ ਪਰਮਾਤਮਾ ਦੇ ਦਰਸ਼ਨ ਕਰਕੇ ਨਮਸਕਾਰ ਕਰੇ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਨਾਨਕ ਜੀ ਫਰਮਾਉਂਦੇ ਨੇ ਉਹ ਹੈ ਅਸਰ ਅਪਰਸ। ਅਪਰਸ ਅੱਖਰ ਜਿਹੜਾ ਇਹ ਸਪਰਸ਼ ਦਾ ਵਿਰੋਧੀ ਹੈ। ਸਪਰਸ਼ ਦਾ ਮਤਲਬ ਹੈ ਕਿਸੇ ਚੀਜ਼ ਨੂੰ ਛੂਹਣਾ ਅਤੇ ਅਪਰਸ ਦਾ ਮਤਲਬ ਹੈ ਨਾ ਛੂਹਣਾ। ਸਾਧੂ ਸਮਾਜ ਵਿੱਚ ਵਿਚਰ ਕੇ ਵਰਤ ਕੇ ਦੇਖਿਆ, ਮੈਂ ਫਲਾਣੀ ਚੀਜ਼ ਨੂੰ ਨਹੀਂ ਪਰਸਦਾ, ਮੈਂ ਫਲਾਣੀ ਚੀਜ਼ ਨੂੰ ਨਹੀਂ ਪਰਸਦਾ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਅਪਰਸ ਨਹੀਂ ਬਣਿਆ ਜਾਂਦਾ। ਆਓ ਵਿਚਾਰ ਕਰੀਏ ਅਸਲ ਅਪਰਸ ਕੌਣ ਹੈ। ਅਸ਼ਟਪਦੀ ਮਿਥਿਆ ਨਾਹੀਂ ਰਸਨਾ ਪਰਸ, ਜਿਹੜਾ ਆਪਣੀ ਜੀਭਾ ਦੇ ਨਾਲ ਝੂਠ ਨੂੰ ਨਾ ਸਪਰਸ਼ ਕਰੇ, ਭਾਵ ਝੂਠ ਨਾ ਬੋਲਣਾ ਕਰੇ। ਮਨ ਮੈਂ ਪ੍ਰੀਤ ਨਿਰੰਜਨ ਦਰਸ। ਹੁਣ ਇੱਥੇ ਮਨ ਦਾ ਨੰਨਾ ਮੁਕਤਾ ਜ਼ਰੂਰ ਹੈ, ਪਰ ਨਾਲ ਮੈਂ ਆ ਗਿਆ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਨ ਦੇ ਅੰਦਰ ਪ੍ਰੀਤ ਹੋਵੇ ਕਿ ਮੈਂ ਪਰਮਾਤਮਾ ਦੇ ਦਰਸ਼ਨ ਸਭ ਵਿੱਚ ਕਰਨੇ। ਪਰ ਤ੍ਰੇ ਰੂਪ ਨਾ ਪੇਖੈ ਨੇਤਰ। ਹੁਣ ਦੇਖੋ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਦਿੱਤੇ ਨੇ, ਉਹਨਾਂ ਦੀ ਮਹਾਰਾਜ ਨੇ ਕੈਸੀ ਸੁੰਦਰ ਵਰਤੋਂ ਕਰਨ ਦੀ ਇਜਾਜ਼ ਦੱਸੀ। ਨੇਤਰ ਪਰਮਾਤਮਾ ਨੇ ਅੱਖਾਂ ਲਈ ਦਿੱਤੇ ਨੇ ਦੇਖਣ ਲਈ, ਦੇਖੋ। ਪਰ ਤ੍ਰੇ ਰੂਪ ਨ ਪੇਖੈ ਨੇਤਰ, ਪਰਾਈਆਂ ਇਸਤਰੀਆਂ ਦੇ ਰੂਪ ਨੂੰ ਨਾ ਦੇਖਣਾ ਕਰੇ। ਦੇਖਣਾ ਮਾੜੀ ਗੱਲ ਨਹੀਂ, ਪਰ ਦੇਖ ਕੇ ਜਦੋਂ ਅਸੀਂ ਮਨ ਵਿੱਚ ਵਿਚਾਰ ਵਿਕਾਰ ਕਰਦੇ ਹਾਂ ਗਲਤ ਹੋ ਜਾਂਦਾ। ਪਰ ਤ੍ਰੇ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਪ੍ਰਭੂ ਦੇ ਪਿਆਰਿਆਂ ਦੀ ਸੇਵਾ ਕਰੇ।
ਔਰ ਗੁਰਮੁਖਾਂ ਦੀ ਸੰਗਤ ਨਾਲ ਪਿਆਰ ਕਰ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਦੂਸਰਾ ਗਿਆਨ ਇੰਦਰਾ ਹੈ ਕਰਨ, ਕੰਨ। ਕੰਨਾਂ ਨਾਲ ਅਸੀਂ ਸੁਣਦੇ ਹਾਂ, ਚੰਗੀਆਂ ਗੱਲਾਂ ਵੀ ਸੁਣਦੇ ਹਾਂ, ਮਾੜੀਆਂ ਵੀ ਸੁਣਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਅਸਲ ਪਰਸ ਉਹ ਹੈ ਜਿਹੜਾ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਾ ਸੁਣੇ। ਸਭ ਤੇ ਜਾਣੈ ਆਪਸ ਕੋ ਮੰਦਾ, ਅਤੇ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝ ਨਾ ਕਰੇ। ਗੁਰਪ੍ਰਸਾਦ ਵਿਖਿਆ ਪਰ ਹਰੇ। ਗੁਰਪ੍ਰਸਾਦ ਪ੍ਰਸਾਦ ਦੇ ਦਦੇ ਨੂੰ ਸਹਿਰੀ ਹੈ, ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਮਨ ਦੇ ਅੰਦਰੋਂ ਵਿਖਿਆ ਪਰ ਹਰੇ। ਪਰ ਹਰੇ ਦਾ ਮਤਲਬ ਹੁੰਦਾ ਦੂਰ ਕਰਨਾ। ਇਹ ਜਿਹੜੇ ਭੈੜੇ ਵਿਚਾਰ ਨੇ, ਇਹ ਜਿਹੜੀ ਮਾਇਆ ਦੀ ਪਕੜ ਹੈ, ਇਸ ਨੂੰ ਦੂਰ ਕਰਨਾ ਕਰੇ। ਔਰ ਮਨ ਕੀ ਵਾਸਨਾ ਮਨ ਤੇ ਟਰੇ, ਕਿਉਂਕਿ ਮਨ ਵਿੱਚੋਂ ਹੀ ਵਾਸਨਾਵਾਂ ਪੈਦਾ ਹੁੰਦੀਆਂ ਨੇ। ਇਤਨੀ ਮਿਹਨਤ ਕਰੇ ਕਿ ਮਨ ਵਿੱਚੋਂ ਭੈੜੀਆਂ ਵਾਸਨਾਵਾਂ ਨੂੰ ਹੀ ਦੂਰ ਕਰ ਦੇਣ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਇੰਦਰੀ ਜਿੱਤ ਦਾ ਮਤਲਬ ਹੈ ਜਿਹੜਾ ਆਪਣੀਆਂ ਇੰਦਰੀਆਂ ਨੂੰ ਜਿੱਤ ਲਵੇ, ਵਸੀਕਰਨ ਕਾਬੂ ਕਰ ਲਵੇ। ਔਰ ਪੰਚ ਦੋਖ ਤੇ ਰਹਿਤ, ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ, ਇਹਨਾਂ ਤੋਂ ਰਹਿਤ ਹੋ ਜਾਏ। ਨਾਨਕ ਕੋਟ ਮਦੇ ਕੋ ਐਸਾ ਅਪਰਸ। ਨਾਨਕ ਜੀ ਫਰਮਾਉਂਦੇ ਨੇ ਕੋਟ ਕੋਟ ਦੇ ਟੈਂਕੇ ਨੂੰ ਸਿਆਰੀ ਹੈ, ਕਰੋੜਾਂ ਵਿੱਚ ਕੋਈ ਵਿਰਲਾ ਹੀ ਐਸਾ ਅਪਰਸ ਹੈ। ਵੈਸ਼ਨੋ ਸੋ ਜਿਸ ਉੱਪਰ ਸੁਪ੍ਰਸੰਨ। ਹੁਣ ਵੈਸ਼ਨੋ ਸ਼ਬਦ ਵੀ ਆਮ ਤੌਰ 'ਤੇ ਧਾਰਮਿਕ ਲੋਕਾਂ ਵਿੱਚ ਬੜਾ ਪ੍ਰਚਲਿਤ ਹੈ। ਜਗ੍ਹਾ ਜਗ੍ਹਾ 'ਤੇ ਲਿਖਿਆ ਵੈਸ਼ਨੋ ਢਾਬੇ। ਲੋਕ ਆਪਣੇ ਆਪ ਨੂੰ ਵੈਸ਼ਨੋ ਸਿੱਧ ਕਰਨ ਦਾ ਬੜਾ ਯਤਨ ਕਰਦੇ। ਕੋਈ ਆਉਂਦਾ ਮੈਂ ਆਂਡੇ ਨਹੀਂ ਖਾਂਦਾ, ਕੋਈ ਮੀਟ ਨਹੀਂ ਖਾਂਦਾ, ਮੈਂ ਫਲਾਣੀ ਚੀਜ਼ ਵੱਲ ਤੱਕਦਾ ਵੈਸ਼ਨੋ। ਮਹਾਰਾਜ ਕਹਿੰਦੇ ਨਹੀਂ, ਵੈਸ਼ਨੋ ਦਾ ਅਸਲ ਅਰਥ ਕੀ ਹੈ? ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ। ਅਸਲ ਵੈਸ਼ਨੋ ਵਿਸ਼ਨੂੰ ਭਗਤ ਪਰਮਾਤਮਾ ਦਾ ਭਗਤ ਉਹ ਹੈ ਜਿਸ ਉੱਤੇ ਪਰਮਾਤਮਾ ਦੀ ਪੂਰਨ ਪ੍ਰਸੰਨਤਾ। ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਔਰ ਉਸ ਪਰਮਾਤਮਾ ਦੀ ਮਾਇਆ ਦੇ ਪ੍ਰਭਾਵ ਤੋਂ ਜੋ ਬਚਿਆ ਹੋਏ। ਕਰਮ ਕਰਤ ਹੋਵੇ ਨੇ ਕਰਮ, ਚੰਗੇ ਕੰਮ ਤੇ ਕਰੇ ਪਰ ਉਹਨਾਂ ਕੰਮਾਂ ਦੀ ਹਉਮੈ ਨਾ ਕਰੇ, ਭਾਵ ਉਹਨਾਂ ਦਾ ਫਲ ਨਾ ਚਾਹੇ, ਇੱਛਾ ਨਾ ਕਰੇ, ਚੰਗੇ ਕੰਮ ਕਰੇ। ਤਿਸ ਵੈਸ਼ਨੋ ਕਾ ਨਿਰਮਲ ਧਰਮ। ਉਹ ਵੈਸ਼ਨੋ ਜੋ ਹੈ, ਉਹ ਜੋ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਿਚਰਦਾ ਹੈ, ਉਹਦਾ ਧਰਮ ਨਿਰਮਲ ਹੈ, ਭਾਵ ਉਹਦੇ ਵਿੱਚ ਕੋਈ ਸਵਾਰਥ ਨਾਮ ਦੀ ਚੀਜ਼ ਨਹੀਂ। ਉਹ ਜੋ ਕੁਝ ਕਰ ਰਿਹਾ ਹੈ ਸ਼ੁੱਧ ਭਾਵ ਨਾਲ ਕਰ ਰਿਹਾ। ਕਾਹੂ ਫਲ ਕੀ ਇੱਛਾ ਨਹੀਂ ਬਾਂਛੈ। ਕੰਮ ਤੇ ਚੰਗੇ ਕਰੇ, ਸੇਵਾ ਵੀ ਕਰੇ, ਸਿਮਰਨ ਵੀ ਕਰੇ, ਪਰਉਪਕਾਰ ਵੀ ਕਰੇ, ਪਰ ਮਨ ਵਿੱਚ ਕਿਸੇ ਦਾ ਫਲ ਨਾ ਚਾਹੇ। ਜਦੋਂ ਅਸੀਂ ਫਲ ਚਾਹੁਣ ਲੱਗ ਪੈਂਦੇ ਤਾਂ ਗੁਰਬਾਣੀ ਦਾ ਸਿਧਾਂਤ ਹੈ ਕਿ ਜਦੋਂ ਫਲ ਦੀ ਇੱਛਾ ਕਰੇਗਾ ਫਿਰ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇੱਥੇ ਤਾਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਕਾਹੂ ਫਲ ਕੀ ਇੱਛਾ ਨਹੀਂ ਬਾਂਛੈ। ਕੇਵਲ ਭਗਤ ਕੀਰਤਨ ਸੰਗਰਾਚੈ। ਕੇਵਲ ਓਨਲੀ, ਸਿਰਫ ਪਰਮਾਤਮਾ ਦੀ ਭਗਤੀ ਨਾਲ ਆਪਣਾ ਮਨ ਜੋੜਨਾ ਕਰੇ। ਮਨ ਤਨ ਅੰਤਰ ਸਿਮਰਨ ਗੋਪਾਲ। ਮਨ ਤਨ ਅੰਤਰ, ਅੰਤਰ ਦੇ ਰਾਰੇ ਨੂੰ ਸਿਆਰੀ। ਇਹ ਗੱਲ ਪਹਿਲਾਂ ਵਿਚਾਰੀ ਜਾ ਚੁੱਕੀ ਹੈ ਕਿ ਗੁਰਬਾਣੀ ਵਿੱਚ ਇਹ ਅੱਖਰ ਦੋ ਰੂਪਾਂ ਵਿੱਚ ਆਉਂਦਾ। ਇੱਕ ਆਉਂਦਾ ਐੜੇ ਨੂੰ ਅੰਗ ਟਿੱਪੀ, ਤੱਤਾ ਰਾਰੇ ਨੂੰ ਔਂਕੜ ਅੰਤਰ। ਇੱਕ ਆਉਂਦਾ ਐੜੇ ਨੂੰ ਅੰਗ ਟਿੱਪੀ, ਤੱਤਾ ਰਾਰੇ ਨੂੰ ਸਿਆਰੀ ਅੰਤਰ। ਹੁਣ ਜਿਹੜਾ ਅੰਤਰ ਰਾਰੇ ਨੂੰ ਔਂਕੜ ਵਾਲਾ, ਉਹਦਾ ਅਰਥ ਹੈ ਫਰਕ। ਇੱਥੇ ਅੰਤਰ ਦਾ ਮਤਲਬ ਹੈ ਅੰਦਰ। ਮੰਤਨ ਅੰਤਰ ਸਿਮਰਨ ਗੋਪਾਲ।
ਜਿਹਦੇ ਮਨ ਅਤੇ ਤਨ ਵਿੱਚ ਗੋਪਾਲ ਦਾ ਸਿਮਰਨ ਹੋਵੇ। ਗੋਪਾਲ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ। ਗੋ ਕਹੀਏ ਇੰਦਰੀਆਂ, ਪਾਲ ਕਹੀਏ ਪਾਲਣ ਵਾਲਾ, ਗੋ ਕਹੀਏ ਧਰਤੀ, ਧਰਤੀ ਨੂੰ ਪਾਲਣ ਵਾਲਾ। ਤੋ ਉਸ ਗੋਪਾਲ ਦਾ ਜੋ ਸ੍ਰਿਸ਼ਟੀ ਦਾ ਪਾਲਕ ਹੈ ਉਹਦਾ ਸਿਮਰਨ ਕਰੇ। ਸਭ ਉੱਪਰ ਹੋਵਤ ਕਿਰਪਾਲ, ਸਾਰੇ ਜੀਵਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਨੀ ਕਰ। ਇਹ ਨਾ ਹੋਵੇ ਵੀ ਇਹ ਮੇਰਾ ਆਪਣਾ ਹੈ, ਇਹ ਬਗਾਨਾ ਹੈ, ਇਹ ਮੇਰਾ ਚੇਲਾ ਹੈ, ਇਹ ਮੇਰਾ ਨਹੀਂ ਚੇਲਾ। ਨਹੀਂ, ਸਭ ਉੱਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰਾ ਨਾਮ ਜਪਾਵੈ। ਇਹ ਜਿਹੜਾ ਅੱਖਰ ਅਵਰਾ ਹੈ ਇਹ ਪ੍ਰਚਲਿਤ ਹੋ ਗਿਆ ਅਵਰੈ, ਬਹੁ ਗਿਣਤੀ ਅਵਰੈ ਬੋਲਦੇ ਨੇ, ਪਰ ਇਹ ਚਾਰੇ ਅੱਖਰ ਮੁਕਤੇ ਹਨ, ਇਹਨਾਂ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਈ, ਇਸ ਲਈ ਇਹਦਾ ਉਚਾਰਨ ਅਵਰਾ ਕਰਨ। ਆਪ ਦ੍ਰਿੜੈ ਅਵਰਾ ਨਾਮ ਜਪਾਵੈ, ਆਪ ਪਰਮਾਤਮਾ ਦਾ ਨਾਮ ਦ੍ਰਿੜ ਪ੍ਰਪੱਕ ਕਰਨਾ ਕਰੇ ਔਰ ਅਵਰਾ ਨਾਮ ਜਪਾਵੈ, ਹੋਰ ਦੂਜਿਆਂ ਨੂੰ ਵੀ ਪਰਮਾਤਮਾ ਦੇ ਨਾਮ ਜਪਣ ਵਾਲੇ ਪਾਸੇ ਤੋਰੇ ਲਾਏ। ਨਾਨਕ ਉਹ ਬੈਸਨੋ ਪਰਮ ਗਤ ਪਾਵੇ। ਨਾਨਕ ਜੀ ਫਰਮਾਉਂਦੇ ਨੇ ਐਸਾ ਜੋ ਪਰਮਾਤਮਾ ਦਾ ਭਗਤ ਹੈ ਉਸ ਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ। ਭਗਵਤੀ ਭਗਵੰਤ ਭਗਤ ਕਾ ਰੰਗ, ਇਸੇ ਤਰ੍ਹਾਂ ਜਿਵੇਂ ਅਪਰਸ ਅਤੇ ਵੈਸ਼ਨੂੰ ਦੀ ਵਿਚਾਰ ਕੀਤੀ ਹੈ, ਭਗਵਤੀ ਵੀ ਭਗਤ ਲਈ ਵਰਤਿਆ ਜਾਂਦਾ ਜਿਹੜਾ ਉਸ ਪਰਮਾਤਮਾ ਦਾ ਅਸਲੀ ਉਪਾਸ਼ਕ ਹੈ। ਮਹਾਰਾਜ ਕਹਿੰਦੇ ਨੇ ਭਗਵਤੀ ਭਗਵੰਤ ਭਗਤ ਕਾ ਰੰਗ, ਅਸਲ ਭਗਵਤੀ ਉਹ ਹੈ ਜਿਹਦੇ ਉੱਤੇ ਭਗਵੰਤ ਦੀ ਭਗਤੀ ਦਾ ਰੰਗ ਚੜ ਜਾ, ਭਾਵ ਜਿਸਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਹੋਰ ਕੋਈ ਵਾਸ਼ਨਾ ਨਾ ਹੋ। ਸਗਲ ਤਿਆਗੈ ਦੁਸ਼ਟ ਕਾ ਸੰਗ, ਸਗਲ ਤਿਆਗ, ਹਰ ਤਰ੍ਹਾਂ ਦੇ ਦੁਸ਼ਟ ਭੈੜੇ ਵਿਚਾਰ ਜੋ ਹਨ, ਵਿਕਾਰ ਜੋ ਹਨ, ਉਹਨਾਂ ਦਾ ਸੰਗ ਕਰਨਾ ਛੱਡ ਦੇਵੋ। ਮਨ ਤੇ ਬਿਨਸੈ ਸਗਲਾ ਪਰਮ, ਮਨ ਤੇ, ਹਾਲਾਂਕਿ ਮਨ ਨਾ ਮੁਕਤਾ ਪਰ ਨਾਲ ਤੇ ਆ ਗਿਆ, ਇਹ ਸੰਬੰਧ ਕੀ ਹੋਣ ਕਰਕੇ ਮਨ ਦੇ ਨੰਨੇ ਦਾ ਔਂਕੜ ਹਟ ਗਿਆ। ਮਨ ਤੇ ਬਿਨਸੈ ਸਗਲਾ ਪਰਮ, ਮਨ ਤੋਂ ਹਰ ਤਰ੍ਹਾਂ ਦਾ ਭਰਮ ਸ਼ੰਕਾ ਜਿਹੜਾ ਉਹ ਦੂਰ ਕਰਨਾ ਕਰੇ। ਕਰ ਪੂਜੈ ਸਗਲ ਪਾਰ ਬ੍ਰਹਮ, ਸਾਰਿਆਂ ਵਿੱਚ ਪਰਮਾਤਮਾ ਦੇ ਦਰਸ਼ਨ ਕਰੇ ਅਤੇ ਉਹਦੀ ਪੂਜਾ ਕਰੇ। ਖਿਮਾ ਕਰਨਾ, ਅੱਜ ਧਰਮ ਦੀ ਦੁਨੀਆ ਵਿੱਚ ਜਿੰਨੀਆਂ ਉਲਝਣਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਔਰ ਕਰ ਦਿੱਤੀਆਂ ਨੇ, ਉਹਨਾਂ ਨੇ ਧਰਮ ਦਾ ਨਕਸ਼ਾ ਹੀ ਵਿਗਾੜ ਦਿੱਤਾ। ਅਸੀਂ ਤਾਂ ਜ਼ਾਤਾਂ ਪਾਤਾਂ ਵਿੱਚ ਊਚ ਨੀਚ ਹੀ ਫਿਰ ਫਸ ਗਏ। ਬਾਬੇ ਨਾਨਕ ਨੇ ਕਿਹਾ ਸੀ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੈ ਚਾਨਣ, ਸਭ ਮੈਂ ਚਾਨਣ। ਪਰ ਹੁਣ ਕੀ ਹੋ ਰਿਹਾ, ਹਰ ਸਿੱਖ ਆਪਣੇ ਨਾਮ ਦੇ ਪਿੱਛੇ ਜਾਤ ਲਾਉਂਦਾ ਅਤੇ ਜਾਤ ਲੱਗਦਿਆਂ ਸਾਰ ਉਹ ਵੰਡਿਆ ਜਾਂਦਾ। ਮਹਾਰਾਜ ਕਹਿੰਦੇ ਨਾ ਭਾਈ, ਭਗਵਤੀ ਉਹ ਹੈ ਮਨ ਤੇ ਬਿਨਤੈ ਤਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾਂ ਮਲਖ ਹੋਵੇ। ਗੁਰਮੁਖਾਂ ਦੀ ਸੰਗਤ ਕਰੇ, ਆਪਣੇ ਅੰਦਰੋਂ ਪਾਪਾਂ ਦੀ ਮੈਲ ਨੂੰ ਦੂਰ ਕਰੇ, ਜਿਸ ਭਗਵਤੀ ਕੀ ਮਤ ਉਤਮ ਹੋਵੇ। ਇਹੋ ਜਿਹਾ ਜਿਹੜਾ ਭਗਤ ਹੈ ਉਹਦੀ ਮਤ ਉਤਮ ਹੋਵੇ, ਸੋ ਉਹਦੀ ਸੋਚਣੀ ਉੱਚੀ ਹੋ ਜਾਏ। ਭਗਵੰਤ ਕੀ ਟਹਿਲ ਕਰੇ ਨਿਤਨੀਤ, ਉਸ ਪਰਮਾਤਮਾ ਦੀ ਟਹਿਲ ਸੇਵਾ ਸਿਮਰਨ ਨਿਤਨੀਤ ਕਰੇ, ਹਰ ਰੋਜ਼ ਕਰੇ। ਇਹ ਗਿਣਤੀਆਂ ਮਿਣਤੀਆਂ ਨਾ ਕਰੇ ਕਿ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਜਾਣਾ, ਮੱਸਿਆ ਵਾਲੇ ਦਿਨ ਜਾਣਾ, ਬਾਕੀ ਦਿਨ ਛੁੱਟੀ। ਨਹੀਂ, ਭਗਵੰਤ ਕੀ ਟਹਿਲ ਕਰੇ ਨਿਤਨੀਤ, ਮਨ ਤਨੇ ਅਰਪੈ ਬਿਸ਼ਨ ਪ੍ਰੀਤ, ਆਪਣਾ ਮਨ ਅਤੇ ਤਨ ਅਰਪੈ ਅਰਪਣ ਕਰ ਦੇਵੇ ਉਸ ਪਰਮਾਤਮਾ ਦੀ ਪ੍ਰੀਤ ਭਗਤੀ ਵਿੱਚ। ਹਰ ਕੇ ਚਰਨ ਹਿਰਦੈ ਵਸਾਵੇ, ਵਾਹਿਗੁਰੂ ਦੇ ਜਿਹੜੇ ਚਰਨ ਕਮਲ ਨੇ, ਹਿਰਦੈ
ਦੱਦੇ ਨੂੰ ਦੋ ਲਾਵਾਂ ਨੇ, ਵਸਾਵੇ ਦੇ ਬਾਬੇ ਨੂੰ ਦੋ ਲਾਵਾਂ ਨੇ, ਹਿਰਦੇ ਵਿੱਚ ਵਸਾਉਣਾ ਕਰੇ। ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ। ਨਾਨਕ ਜੀ ਫਰਮਾਉਂਦੇ ਨੇ ਇਹੋ ਜਿਹਾ ਜੋ ਭਗਤ ਹੈ ਉਹ ਉਸ ਭਗਵੰਤ ਪਰਮਾਤਮਾ ਨੂੰ ਪਾ ਲੈਂਦਾ, ਭਾਵ ਉਹਦੇ ਨਾਲ ਇੱਕ ਮਿਕ ਹੋ ਜਾਂਦਾ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਬੜੇ ਧਿਆਨ ਪੂਰਵਕ ਵਿਚਾਰਨ ਦੀ ਲੋੜ ਹੈ। ਪੰਡਿਤ ਸ਼ਬਦ ਸਾਡੇ ਧਾਰਮਿਕ ਸਮਾਜ ਵਿੱਚ ਆਮ ਵਰਤਿਆ ਜਾਂਦਾ, ਗੁਰਬਾਣੀ ਵਿੱਚ ਵੀ ਪੰਡਿਤ ਬਹੁਤ ਵਧੀਆ ਹੈ। ਤਾਂ ਕੁਝ ਲੋਕ ਕਰਮ ਕਾਂਡੀ ਪੰਡਿਤਾਂ ਵੱਲ ਹੀ ਦੇਖਦੇ ਨੇ, ਪਰ ਮਹਾਰਾਜ ਜੋ ਪੰਡਿਤ ਦੇ ਅਰਥ ਕਰ ਰਹੇ ਨੇ, ਪੰਡਿਤ ਦਾ ਆਖਰੀ ਅਰਥ ਹੈ ਵਿਦਵਾਨ। ਹੁਣ ਪੰਡਿਤ ਤੱਤਾ ਔਂਕੜ ਵੀ ਆਏਗਾ, ਪੰਡਿਤ ਤੱਤਾ ਮੁਕਤਾ ਵੀ ਆਏਗਾ, ਔਰ ਪੰਡਿਤ ਦੇ ਤੱਤੇ ਨੂੰ ਸਿਹਾਰੀ ਵੀ ਆ ਜਾਏਗੀ। ਧਿਆਨ ਦੇਣ ਦੀ ਲੋੜ ਹੈ ਕਿ ਇਹ ਮਾਤਰਾਵਾਂ ਲੱਗਣ ਅਤੇ ਹਟਣ ਨਾਲ ਕੀ ਅਰਥਾਂ 'ਚ ਫਰਕ ਪੈਂਦਾ। ਹੁਣ ਸਭ ਤੋਂ ਪਹਿਲਾਂ ਲਿਖਿਆ ਸੋ ਪੰਡਿਤ, ਇੱਥੇ ਪੰਡਿਤ ਦੇ ਤੱਤੇ ਨੂੰ ਔਂਕੜ, ਸੋ ਵੀ ਨਾਲ ਆਇਆ, ਉਹ ਹੈ ਅਸਲ ਪੰਡਿਤ ਜੋ ਮਨ ਪ੍ਰਬੁੱਧ ਹੈ, ਜਿਹੜਾ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਜਗਾਉਣਾ ਕਰੇ। ਪ੍ਰਬੋਧਣਾ ਹੁੰਦਾ ਕਿਸੇ ਨੂੰ ਉਪਦੇਸ਼ ਕਰਨਾ, ਸੁੱਤੇ ਨੂੰ ਜਗਾਉਣਾ, ਭੁੱਲੇ ਨੂੰ ਸਿੱਧੇ ਰਸਤੇ ਪਾਉਣਾ। ਮਹਾਰਾਜ ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ। ਆਤਮ ਮੈਂ ਦਾ ਮਤਲਬ ਆਪਣੇ ਅੰਦਰ ਉਸ ਪਰਮਾਤਮਾ ਦੇ ਨਾਮ ਨੂੰ ਵਸਾਉਣਾ ਕਰੇ। ਰਾਮ ਨਾਮ ਸਾਰ ਰਸ ਪੀਵੈ, ਸਾਰ ਦਾ ਮਤਲਬ ਹੈ ਸ੍ਰੇਸ਼ਟ। ਪਰਮਾਤਮਾ ਦਾ ਨਾਮ ਜੋ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ, ਉਸ ਰਸ ਨੂੰ ਪੀਣਾ ਕਰ। ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹੁਣ ਦੇਖੋ ਇੱਥੇ ਪੰਡਿਤ ਦਾ ਤੱਤਾ ਮੁਕਤਾ ਹੋ ਗਿਆ, ਪਰ ਕਿਉਂਕਿ ਨਾਲ ਉਸ ਆ ਗਿਆ ਅਤੇ ਉਸਦੇ ਸੱਸੇ ਨੂੰ ਮੁਮਕਣ, ਫਿਰ ਅੱਗੇ ਕਹਿ ਆ ਗਿਆ, ਸੰਬੰਧ ਕੀ ਆ ਗਿਆ। ਉਸ ਪੰਡਿਤ ਕਹਿ ਉਪਦੇਸ਼ ਜਗ ਜੀਵ ਹੈ, ਉਪਦੇਸ਼ ਤੇ ਸੱਸੇ ਨੂੰ ਸਿਹਾਰੀ ਹੈ। ਉਹਦੇ ਉਪਦੇਸ਼ ਦੁਆਰਾ ਉਹਦੀ ਦਿੱਤੀ ਹੋਈ ਸਿੱਖਿਆ ਨੂੰ ਸੁਣ ਕੇ ਸਾਰੇ ਜਗਤ ਨੂੰ ਜੀਵਨ ਦਾਨ ਮਿਲਦਾ, ਭਾਵ ਉਹ ਚੰਗੇ ਪਾਸੇ ਤੁਰਦੇ ਹਨ। ਹਰ ਕੀ ਕਥਾ ਹਿਰਦੈ ਵਸਾਵੇ, ਹਰੀ ਦੀ ਕਥਾ ਨਿਰਾ ਲੋਕਾਂ ਨੂੰ ਨਾ ਸੁਣਾਵੇ, ਹਿਰਦੈ ਵਸਾਵੇ, ਆਪਣੇ ਹਿਰਦੇ ਵਿੱਚ ਵੀ ਵਸਾਉਣੀ ਕਰੇ। ਸੋ ਪੰਡਿਤ ਫਿਰ ਜੋ ਨਾ ਆਵੇ, ਇਹੋ ਜਿਹਾ ਪੰਡਿਤ ਜਿਹੜਾ ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ। ਵੇਦ ਪੁਰਾਣ ਸਿਮ੍ਰਿਤ ਬੂਝੈ ਮੂਲ, ਇਹ ਠੀਕ ਹੈ ਕਿ ਚਾਰ ਵੇਦ ਹਨ, 18 ਪੁਰਾਣ ਹਨ, 27 ਸਿਮ੍ਰਤੀਆਂ ਨੇ, ਪਰ ਇਹਨਾਂ ਦਾ ਮੂਲ ਮੁੱਢ ਜੋ ਹੈ ਉਸ ਨੂੰ ਜਾਣਨਾ ਕਰੇ, ਉਹ ਤਾਂ ਪਰਮਾਤਮਾ ਹੀ ਹੈ। ਇਹਨਾਂ ਸਾਰੇ ਧਰਮ ਗ੍ਰੰਥਾਂ ਵਿੱਚ ਉਸ ਪਰਮਾਤਮਾ ਦਾ ਇਹੀ ਚਰਚਾ ਹੈ। ਤੋ ਵੇਦ ਪੁਰਾਣ ਸਿਮ੍ਰਿਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ, ਭਾਵ ਉਹ ਸੂਖਸ਼ਮ ਪਰਮਾਤਮਾ ਨੂੰ ਸਾਰੇ ਅਸਥੂਲ ਸੰਸਾਰ ਵਿੱਚ ਜਾਣਨਾ ਕਰੇ, ਤਥਾ ਓਤ ਪੋਤ ਸਮਝਣਾ ਕਰੇ। ਫਿਰ ਪਾਤਸ਼ਾਹ ਕਹਿੰਦੇ ਨੇ ਚੌਂ ਵਰਨਾ ਕੋ ਦੇ ਉਪਦੇਸ਼, ਇਹ ਵਿਤਕਰਾ ਨਾ ਕਰੇ। ਲਓ ਜੀ ਮੈਂ ਖੱਤਰੀ ਨੂੰ ਉਪਦੇਸ਼ ਕਰਨਾ, ਮੈਂ ਸ਼ੂਦ ਨੂੰ ਵੈਸ਼ ਨੂੰ ਕਰਨਾ ਜਾਂ ਸ਼ੂਦ ਨੂੰ ਨਹੀਂ ਕਰਨਾ, ਨਹੀਂ। ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਫਿਰ ਇੱਥੇ ਉਸਦਾ ਸੱਸੇ ਨੂੰ ਕਿਹੜਾ ਪੰਡਿਤ ਦਾ ਤੱਤਾ ਮੁਕਤ ਹੈ, ਨਾਲ ਕਹੋ ਵੀ ਆ ਗਏ। ਨਾਨਕ ਜੀ ਫਰਮਾਉਂਦੇ ਨੇ ਐਸੇ ਪੰਡਿਤ ਨੂੰ ਸਦਾ ਨਮਸਕਾਰ ਹੈ, ਨਮਸਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।